ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼ੁਰੂ ਕੀਤੇ ਪ੍ਰਚਾਰ ਦੌਰਾਨ ਭਗਵੰਤ ਮਾਨ ਪਿੰਡਾਂ ਵਿੱਚ ਲੋਕਾਂ ਨਾਲ ਬੈਠਕਾਂ ਕਰ ਰਹੇ ਹਨ। ਇਸੇ ਤਹਿਤ ਉਹ ਸੰਗਰੂਰ ਦੇ ਪਿੰਡ ਰੇਤਗੜ੍ਹ ਪੁੱਜੇ। ਪਿੰਡ ਦੇ ਕਿਸਾਨ ਗੁਲਜ਼ਾਰ ਸਿੰਘ ਨੇ ਪ੍ਰਚਾਰ ਕਰਨ ਆਏ ਭਗਵੰਤ ਮਾਨ ਨੂੰ ਇੱਕ ਬੋਤਲ ਭੇਟ ਕੀਤੀ, ਜਿਸ ਦੇ ਅੰਦਰ ਦੇਸੀ ਘਿਓ ਸੀ। ਗੁਲਜ਼ਾਰ ਸਿੰਘ ਨੇ ਕਿਹਾ ਕਿ ਇਹ ਸ਼ੁੱਧ ਦੇਸੀ ਘਿਓ ਉਹਨਾਂ ਨੇ ਭਗਵੰਤ ਮਾਨ ਨੂੰ ਇਸ ਲਈ ਦਿੱਤਾ ਹੈ ਤਾਂ ਕਿ ਭਗਵੰਤ ਮਾਨ ਘਿਓ ਖਾ ਕੇ ਆਉਂਦੀਆਂ ਚੋਣਾਂ 'ਚ ਡਟ ਕੇ ਪ੍ਰਚਾਰ ਕਰ ਸਕਣ। ਉਹਦੇ ਵਿੱਚ ਸਾਹੀਵਾਲ ਦਾ ਦੇਸੀ ਗਾਈ ਦਾ ਘਿਓ ਸੀ ਭਾਈ। ਕਾਹਦੇ ਵਾਸਤੇ ਲੈ ਗਏ ਸੀ? ਉਹ ਇੱਕ ਉਹਨਾਂ ਨੂੰ ਸੁਨੇਹਾ ਦੇਣ ਵਾਸਤੇ ਵੀ ਤੁਸੀਂ ਪਿੰਡਾਂ 'ਚ ਪ੍ਰਚਾਰ ਕਰੋ, ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਿਗਰਦੀ ਜਾ ਰਹੀ ਹੈ, ਪਿੰਡਾਂ ਦੇ ਲੋਕ ਪਸ਼ੂ ਪਾਲਣ ਤੋਂ ਮੂੰਹ ਮੋੜ ਰਹੇ ਨੇ। ਜਦੋਂ ਕੋਈ ਕੁਦਰਤ ਨੇ ਦੇਸੀ ਗਾਂ ਨੂੰ ਉਹਨੂੰ ਇੱਕ ਇਹ ਦਿੱਤਾ ਹੋਇਆ ਤੋਹਫਾ ਜਿਹੜੀ ਕਿ ਉਹੀ ਦੇ ਸਕਦੀ ਆ, ਹੋਰ ਨਹੀਂ ਦੇਖਦਾ, ਉਹ ਕੁਦਰਤ ਦੀ ਦੇਣ ਹੈ। ਉਧਰ ਭਗਵੰਤ ਮਾਨ ਨੇ ਗੁਲਜ਼ਾਰ ਸਿੰਘ ਵੱਲੋਂ ਦਿੱਤੀ ਇਸ ਬੋਤਲ ਨੂੰ ਲੋਕਾਂ ਦਾ ਪਿਆਰ ਦੱਸਿਆ ਅਤੇ ਵਿਰੋਧੀ ਪਾਰਟੀਆਂ ਨੂੰ ਜਵਾਬ ਵੀ ਦਿੱਤਾ। ਅਲੱਗ ਲੋਕਾਂ ਵੱਲੋਂ ਸਨਮਾਨ ਕੀਤਾ ਜਾਂਦਾ ਅਲੱਗ ਅਲੱਗ ਤਰੀਕੇ ਦੇ ਨੇ ਕਿ ਬਾਬਾ ਜੀ ਆਹ ਬੋਤਲ ਲੈ ਕੇ ਪਹੁੰਚਣੇ ਦਾ ਕੀ ਰਾਜ ਹੈ? ਬੋਤਲ ਨਹੀਂ ਹੈਗੀ, ਪਹਿਲਾਂ ਸਵਾਲ ਬਦਲੋ ਜੀ। ਦੇਸੀ ਘੀ ਦੀ ਬੋਤਲ ਲੈ ਕੇ ਪਹੁੰਚਣੇ? ਹਾਂਜੀ, ਦੇਖੋ ਤੁਸੀਂ ਘਿਓ ਨੂੰ ਵੀ ਬੋਤਲ ਬਣਾ ਤਾ ਨਾ। ਅੱਛਾ ਜੀ, ਉਹ ਮਤਲਬ ਕੀ ਰਾਜ ਹੈ ਜੀ ਉਹਦਾ? ਅੱਜ ਬਜ਼ੁਰਗ ਆਏ ਨੇ, ਉਹਨਾਂ ਨੇ ਇੱਕ ਦੇਸੀ ਗਾਂ ਦਾ ਜਿਹੜਾ ਦੁੱਧ ਹੈ ਉਹਦਾ ਬਣਾਇਆ ਹੋਇਆ ਘਿਓ ਦਿੱਤਾ ਅਤੇ ਅਸੀਂ ਮਾਨ ਸਤਿਕਾਰ ਨਾਲ ਉਹਨਾਂ ਦਾ ਅਸੈਪਟ ਕੀਤਾ, ਇਹ ਸਵੀਕਾਰ ਕੀਤਾ। ਅਤੇ ਇੱਥੋਂ ਸਿੱਧ ਹੁੰਦਾ ਕਿ ਐਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਕਰਦੀਆਂ ਨੇ, ਕੂੜ ਪ੍ਰਚਾਰ ਕਰਦੀਆਂ ਨੇ। ਸੋ ਲੋਕਾਂ ਨੂੰ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਪੁੱਤ ਤਕੜਾ ਹੋ ਜਾ, 2019 'ਚ ਵੀ ਤੇਰੇ ਨਾਲ ਹੀ ਆ।